ఎదర్ మా జరడాట్ గట్టి ఖలి బంగా తెక్కిదే బండా దార్ కటియ అందర్ అందర్ हाँ अंदर हाँ गागेर ही है गागेर गार पे खाली बंड है अज मिली ही कई दिमाग पता नहीं छठ जना ही खलोती है मेरी टोपी तो डर गई है पता नहीं की थोड़ा जो सफर है तो 3-4 किलोमीटर सफर है धुंध भी है ठंड भी है चंगी स्कूटर से मेरे को ना चादर नाल स्कूटर से ना चलता मेरे को लेकिन मोड़ी गुजारा करें बाले इधर चलो है मेरा इधर इस तो मैं कट्ठे जाना मोटरसाइकिल चली था मैं जो अगे बेचारे स्कूल जाते हैं तो स्कूटर से जाते ठर ठर के जाते हैं मोटरसाइकिल मैं चली था ये मेरे पिछले पास दोनों तो था है लेकिन हद्दे निगाह जड़ी है ना वो है कोई 150 मीटर तो है 150 मीटर है गुजारा कर जाती है निगाह इतने थेंद तो उन्हें दोनों थोड़ी बलूम होंगी पी है जो बैर रोड से ज़्यादा बलूम होंगी है
ਅੰਦਰ ਤੇ ਹਾਂ ਚਲੋ ਚੱਲਾਂ ਹਾਂ ਆਈ ਤੇ ਜੇਰਾ ਪਿਤਰੀਆ माल ये सारा बड़ा कौड़ा हाँ रात्ती कोई नहीं आया शाम को अच्छा तब गया पहली कोठरी ऐसे कौन सा है ये बाहर आदिया इंसान तो अच्छा अब माता ना आमिर ने ये करी अखबार तो तुम है तो बाल गाल उद्दे काई नहीं हमने जिदे वो चलता है ना चकवाला ਉਦੇ ਦੋਨ ਕਰ ਨਾਲੇ ਉਹ ਰਾਤੀ ਖਲੋ ਜਾਂਦੇ ਦੇ ਵੇਲੇ ਕੋਈ ਚੱਲਦੇ ਦੇ ਵੇਲੇ ਚੱਲਦੇ ਰਾਤੀ ਸਹਿ ਜਾਂਦੇ ਟੋਕਰਾ ਤੂੰ ਵੇਖਿਓ ਹੀ ਕਰਨਾ ਕਿੱਥੇ ਸਿੱਧੇ ਜਾਵਣਾ ਗਾ ਦੋਸਤੋ ਖੜਕ ਤਾਂ ਅਸਾਂ ਗੱਡੀ ਹੋਈ ਲੇਕਿਨ ਜਦੋਂ ਦੀ ਗੱਡੀ ਹੈ ਜਾਂ ਹੁਣ ਤਾਂ ਵੱਡੀ ਵੱਡੀ ਹੋਈ ਖਲੋਤੀ ਮੈਂ ਇੱਦੇ ਕੋਈ ਨਹੀਂ ਆਇਆ ਇੱਥੇ ਹੀ ਜਿਹੜੇ ਸਾਡੇ ਰਿਸ਼ਤੇਦਾਰ ਹਨ ਨੂਰ ਮਾਮਕ ਜਿਹੜਾ ਬੈਠਾ ਜਿਹਦੇ ਨਾਲ ਬਹਿ ਕੇ ਹੁੱਕਾ ਛਿੱਕਿਆ ਉਸੇ ਸਾਰੀ ਗੱਡਾਈ ਹੈ ਉਸੇ ਸਾਰੀ ਗੱਡਾਈ ਹੈ ਗੱਡਾ ਗੁਡੂ ਕੇ ਨਾ ਖਾਦ ਵੀ ਅਸੀਂ ਗੱਲ ਛੱਡਿਆ ਅਤੇ ਪਾਣੀ ਸ਼ਾਣੀ ਵੀ ਲਾ ਛੱਡਦੇ ਨਾ ਨਹਿਰੀ ਪਾਣੀ ਇੱਥੇ ਜਿਸ ਵੇਲੇ ਪਾਣੀ ਫਾਲਤੂ ਹੋਵੇ ਯਾਨੀ ਕਿਸੇ ਦੇ ਇਸਤੇਮਾਲ ਹੈ ਕੋਈ ਨਾ ਹੋਵੇ ਇਹ ਇੱਧਰ ਟੋਕ ਛੱਡਦੇ ਨੇ ਸਾਡਾ ਫਾਇਦਾ ਹੋ ਜਾਂਦਾ ਚਲਦੇ ਹਾਂ ਜਾ ਕੇ ਉਹਨੂੰ ਵੇਖਦੇ ਹਾਂ ਚੁੱਕ ਪਾ ਦੇ ਦਰ ਨਾਲ ਹੀ ਡੱਠੇ ਹੀ ਨਾ ਪਏ ਹੋਈ ਬੰਨੇ ਤੂੰ ਅਤੇ ਕੋਈ ਨਾ ਆਵੇ ਆ ਪਾਲਾ ਹੀ ਆ ਔਖਾ ਹੋ ਕੇ ਉਹਨੂੰ ਮਟਰਾਂ ਦਾ ਸਰੀਰ ਬਿਲਕੁਲ ਰੇਟ ਕੋਈ ਨਹੀਂ ਬਾਰਾਂ ਤੇਰਾਂ ਸੌ ਮਾਣ ਗੱਟੂ ਖਰਚੇ ਸਾਏ ਨੇ ਮਰਚਾਂ ਦੇ ਬੂੰਡੇ ਯਾਰ ਇਹ ਕਿੱਲਾ ਹੀ ਵੱਡਾ ਨਹੀਂ ਨੂਰ ਮਾਮ ਹੈ ਨਾ ਇਹਨੂੰ ਦੋ ਪਾਣੀ ਲੱਗੇ ਪੈਂਤਰਾ ਹੈ ਹਾਲਾ ਸਹੀ ਨਹੀਂ ਇੱਦੋਂ ਹੀ ਠੀਕ ਬਿਹਤਰੀਨ ਹੈ ਸਮਝਦੇ ਤਾਂ ਹੋਰ ਐਡੀ ਵੱਡੀ ਰਾਹ 'ਚ ਅਸੀਂ ਤਾਂ ਕਾਈ ਨਹੀਂ ਵੇਖੀ ਹਾਂ ਖਾਦ ਦੇਵਨ ਦੀ ਤੋਰ ਲੋੜ ਕਾਹੀ ਨਾ ਪੁੱਛ ਆ ਬਿੱਡਾ ਹੈ ਨਾ ਜਾਵੇ ਉਹ ਦਾਦਰੀ ਨੇ ਨੂਰ ਮਾਮੂ ਦੇ ਸਾਡੇ ਰਿਸ਼ਤੇਦਾਰ ਹਨ ਇਹਨਾਂ ਦੇ ਕੋਲ ਅਸੀਂ ਖੜਨਾ ਗੱਡੀ ਆ ਅਤੇ ਮੈਂ ਤਾਂ ਹੁਣ ਆਇਆ ਅੱਜ ਆਇਆ ਪਹਿਲੀ ਵਾਰੀ ਖੜਾਂ ਨੂੰ ਦੋ ਪਾਣੀ ਲੱਗ ਗਏ ਪਹਿਲੀ ਵਾਰੀ ਮੈਂ ਆਇਆ ਵੇਖਣ ਗੱਡਾਈ ਨਾ ਅਤੇ ਹਲ ਹੁਲ ਵਹਾ ਕੇ ਸਾਰਾ ਕੁਝ ਕਮਾ ਖਾਦ ਖੂਦ ਸਪਰੇਅ ਸਪਰੇਅ ਉਹ ਸਾਰਾ ਕੁਝ ਇੰਨਾ ਹੀ ਕੀਤਾ ਮੈਂ ਤਾਂ ਅੱਜ ਐਵੇਂ ਛੁੱਟੀ ਆ ਨਾ ਵਿਹਲਾ ਮੂੰਹ ਟਾਈਮ ਕੱਢਿਆ ਮੈਂ ਆਖਿਆ ਚਲੋ ਨਦੀ ਤੋਂ ਮਾਰਿਆ ਵੀ ਪਾਣੀ ਵੀ ਇਹ ਲਾ ਛੱਡਦੇ ਨੇ ਮੈਨੂੰ ਉਹ ਟੈਨਸ਼ਨ ਕਾਹੀ ਨਹੀਂ ਜੇ ਲੈ ਪਾਣੀ ਨਾ ਹਾਰਦਾ ਅੱਜ ਸਰਦੀਆਂ ਵਿੱਚ ਐਡੀ ਲੋੜ ਤਾਂ ਆਉਂਦੀ ਕੋਈ ਨਹੀਂ ਲੋਕਾਂ ਨੂੰ ਜੇ ਲੈ ਵਿਹਲਾ ਜੁੜਨੇ ਉਸ ਲਈ ਪਾਣੀ ਜੇ ਦਾਰਦਾ ਨਾ ਹੋਵੇ ਕਿਤੇ ਜੇ ਉਹਨੂੰ ਲਾਉਣਾ ਹੀ ਪੈ ਜਾਂਦਾ ਤਾਂ ਮੋਟਰ ਵੀ ਇੰਨੇ ਆਪਣੀ ਟਿਊਬਵੈਲ ਉਹਦਾ ਮਾਰਿਆ ਸੋਚ ਤਾਂ ਪਾਣੀ ਵੀ ਲੱਗ ਗਿਆ ਕਾ ਹੂੰ
कसे पे खलेना पानी लगावने ही थू जी नजरीन कड़ा चेख के माशाल्लाह बेहतरीन है ए वन ने अल्लाह पाक बरकत करती है। हूँ चलते हैं घर, सूरज निकल गया, धुप सुप निकल गई, हूँ एड्डी सर्दी पैदी लग गई, घर चलते हैं जाके कासिम को फोन करेंगे कि की प्रोग्राम है, कदों निकली है, कदों नहीं निकली, बिल होया मरीज ली या नहीं बिल होया, आ जाओ चलिए हम अपने घर। अभी वीडियो इतनी का इंशाल्लाह नवी वीडियो बना लाभ।